ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਬਲਟੋਹਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸਿਆਸੀ ਹੱਲਾ ਬੋਲਿਆ ਹੈ। ਅੰਮ੍ਰਿਤਸਰ ਸਾਹਿਬ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਆਖਿਆ ਕਿ ਸਿੱਧੂ ਨੇ ਅੰਕੜਿਆਂ ਦੀ ਛਾਣਬੀਨ ਕਰੇ ਬਗੈਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਚੋਟੀ ਦੇ ਆਗੂਆਂ ਦੇ ਖਿਲਾਫ ਇਲਜ਼ਾਮਬਾਜ਼ੀ ਕੀਤੀ ਹੈ। ਬਲਟੋਹਾ ਨੇ ਆਖਿਆ ਕਿ ਕਿਸੇ ਵੱਲੋਂ ਸਰਕਾਰੀ ਪੈਸਾ ਆਪਣੇ ਨਿੱਜੀ ਖਾਤੇ ਵਿੱਚ ਟਰਾਂਸਫਰ ਕਰਵਾਉਣਾ ਸੰਭਵ ਨਹੀਂ ਹੈ। ਬਾਦਲ ਪਰਿਵਾਰ ਦੀ ਨਿੱਜੀ ਟਰਾਂਸਪੋਰਟ ਦੇ ਮਸਲੇ ਤੇ ਨਵਜੋਤ ਸਿੱਧੂ ਵੱਲੋਂ ਉਠਾਏ ਗਏ ਸਵਾਲਾਂ ਸੰਬੰਧੀ ਉਹਨਾਂ ਆਖਿਆ ਕਿ ਬਾਦਲ ਪਰਿਵਾਰ ਸਾਫ ਸੁਥਰੇ ਢੰਗ ਦੇ ਨਾਲ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਹੈ। ਉਹਨਾਂ ਨਵਜੋਤ ਸਿੰਘ ਸਿੱਧੂ ਨੂੰ ਟਰਾਂਸਪੋਰਟ ਮਾਮਲੇ ਦੀ ਜਾਂਚ ਕਰਵਾਉਣ ਦੀ ਚੁਣੌਤੀ ਵੀ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਦਾ ਇਹ ਕਹਿ ਦੇਣਾ ਕਿ ਪੰਜਾਬ ਦੇ ਖਜ਼ਾਨੇ ਦਾ ਸਰਕਾਰੀ ਪੈਸਾ ਬਾਦਲਾਂ ਨੇ ਆਪਦੇ ਨਿੱਜੀ ਹਿੱਤ ਲਈ ਵਰਤਿਆ, ਆਪਦੇ ਖਾਤਿਆਂ 'ਚ ਤਬਦੀਲ ਕੀਤਾ, ਇਹ ਕਦੇ ਹੋ ਨਹੀਂ ਸਕਦਾ। ਕਦੇ ਵੀ ਨਹੀਂ ਹੋ ਸਕਦਾ, ਕੋਈ ਵੀ ਸਰਕਾਰ ਨਹੀਂ ਕਰ ਸਕਦੀ, ਕੋਈ ਵੀ ਵਿਅਕਤੀ ਨਹੀਂ ਕਰ ਸਕਦਾ, ਇਹ ਹਰ ਕੋਈ ਪਤਾ। ਔਰ ਹਰੇਕ ਚੀਜ਼ ਜਿਹੜੀ ਹੈ, ਜੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਹੈ, ਲੋਕਾਂ ਦੇ ਸਾਹਮਣੇ ਸੱਚਾਈ ਲਿਆਉਣੀ ਹੈ, ਤੁਸੀਂ ਡਾਟਾ ਲੈ ਕੇ ਆਓ। ਡਾਟਾ ਉਹਨਾਂ ਕੋਲ ਹੈ ਨਹੀਂ। ਪਰਸੋਂ 400 ਕਰੋੜ ਦੀ ਗੱਲ ਕਰਦੇ ਸੀ, ਕੱਲ੍ਹ 200 ਕਰੋੜ 'ਤੇ ਆ ਗਏ। ਔਰ ਜਿੱਥੇ ਤੱਕ ਬਾਦਲ ਪਰਿਵਾਰ ਦੀ ਗੱਲ, ਬਾਦਲ ਪਰਿਵਾਰ ਦੀ ਟਰਾਂਸਪੋਰਟ 1947 ਦੀ ਪਹਿਲਾਂ ਦੀ ਹੈ। ਇੱਕ ਨਵੀਂ ਟਰਾਂਸਪੋਰਟ ਨਹੀਂ ਕਿ ਉਹਨਾਂ ਨੇ ਰਾਜ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਹੀ ਉਹਨਾਂ ਨੇ ਕੋਈ ਟਰਾਂਸਪੋਰਟ ਸ਼ੁਰੂ ਕੀਤੀ ਹੈ। ਉਹਨਾਂ ਦੇ ਇਕੱਲੇ ਇਕੱਲੇ ਪੈਸੇ ਦਾ ਹਿਸਾਬ ਹੈ, ਉਹ ਰਿਟਰਨਾਂ ਜਮ੍ਹਾਂ ਕਰਾਉਂਦੇ ਨੇ, ਇਨਕਮ ਟੈਕਸ ਨੂੰ ਕਰਾਉਂਦੇ ਨੇ, ਸਰਕਾਰ ਕੋਲ ਆਪਦੇ ਪੈਸੇ ਦਾ ਹਿਸਾਬ ਦਿੰਦੇ ਨੇ। ਜੇ ਇਹਨਾਂ ਨੂੰ ਕਿਤੇ ਜਾਪਦਾ ਕਿ ਉਹਨਾਂ ਦੇ ਜਿਹੜੇ ਐਸਟ ਨੇ ਉਹ ਗਲਤ ਨੇ, ਆਮਦਨ ਤੋਂ ਵੱਧ ਉਹਨਾਂ ਕੋਲ, ਆਮਦਨ ਦੇ ਸਰੋਤਾਂ ਤੋਂ ਵੱਧ ਉਹਨਾਂ ਨੇ ਕੋਈ ਆਮਦਨ ਬਣਾਈ ਹੈ, ਤਾਂ ਕਾਰਵਾਈ ਕਰੋ।